ਪਿਆਰਿਓ, ਤੁਸੀਂ ਇਮਾਰਤ ਦੇ ਵਿੱਚ ਆ ਪਾਈਪ ਪਾਇਆ 25 ਸਾਲ ਪਹਿਲਾਂ, 35 ਸਾਲ ਪਹਿਲਾਂ ਪਾਣੀ ਦੇ ਪਾਈਪ ਫਿੱਟ ਕੀਤੇ ਆ। ਰੋਜ਼ ਪਾਣੀ ਆਉਂਦਾ ਹੈ ਨਾ, ਪਤਾ ਨਹੀਂ ਕਿੱਦਣ ਜੰਗਾਲ ਲੱਗ ਗਿਆ ਅਤੇ ਕਿਸੇ ਥਾਂ 'ਤੇ ਪਾਈਪ ਨੇ ਫਟ ਜਾਣਾ। ਇਹ ਵੀ ਤਾਂ ਚੋਲਾ ਕਈ ਸਾਲਾਂ ਦਾ ਤੁਰਦਾ ਪਿਆ, ਅੰਦਰ ਵਾਲੀ ਪਾਈਪ ਦਾ ਕੋਈ ਪਤਾ ਹੈ? ਪਰ ਆਪਣੀ ਤਿਆਰੀ ਕਰਨੀ ਚਾਹੀਦੀ ਹੈ। ਤਾਂ ਗੁਰਪ੍ਰਸਾਦ, ਅਸੀਂ ਰਾਮਕਲੀ ਕੀ ਵਾਰ ਪੜ੍ਹਨੇ, ਕਿਹਾ ਜਾਂਦਾ ਕਿ ਰਾਮਕਲੀ ਕੀ ਵਾਰ ਜਿਹੜਾ ਬੰਦਾ ਪੜ੍ਹਦਾ ਨਿੰਦਿਆ ਦੇ ਰੋਗ ਤੋਂ ਮੁਕਤ ਹੋ ਜਾਂਦਾ। ਸਤਿਗੁਰਾ ਅਤੇ ਗੁਰਮੁਖੋ, ਸੱਚੀ ਜਿੰਨੀ ਤੁਸੀਂ ਮਿਹਨਤ ਕਰਦੇ ਹੋ, ਮੈਂ ਬਟਰਿੰਗ ਨਹੀਂ ਕਰ ਰਿਹਾ, ਕਿੰਨੇ ਸਾਲਾਂ ਦਾ ਤੁਸੀਂ ਡਿਸਿਪਲਨ ਬਣਾ ਕੇ ਸਮਾਗਮ ਚਲਾ ਰਹੇ ਹੋ। ਜੇ ਹਰ ਸਾਲ ਤੁਸੀਂ ਕਥਾ ਕੀਰਤਨ ਦਾ ਸਬਜੈਕਟ ਰੱਖਦੇ ਨਾ, ਤਾਂ ਜਿੰਨੀ ਰਿਕਾਰਡਿੰਗ ਤੁਸੀਂ ਕਰਦੇ ਪਏ, 39 ਸਾਲਾਂ ਦਾ ਖਜ਼ਾਨਾ ਇਕੱਠਾ ਹੋ ਜਾਣਾ ਸੀ। ਇਹ ਬੜੀ ਵੱਡੀ ਰਹਿਮਤ ਹੈ ਜੀ, ਕਿਉਂਕਿ ਸਮੇਂ ਦਾ ਪਤਾ ਨਹੀਂ ਕਦੋਂ ਕਿਸੇ ਸਰੀਰ ਨੇ ਤੁਰ ਜਾਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਮੇਰੇ ਸਤਿਗੁਰਾ, ਇਹਦਾ ਅਰਥ ਇਹ, ਮੇਰੇ ਸਤਿਗੁਰੂ ਜੀ ਮੈਂ, ਤੁਝ ਬਿਨ ਅਵਰ ਨਾ ਕੋਈ, ਮੈਂ ਦਾ ਅਰਥ ਮੈਨੂੰ, ਤੁਝ ਬਿਨ ਦਾ ਲਫਜ਼ੀ ਅਰਥ ਹੋ ਗਿਆ ਤੁਹਾਡੇ ਤੋਂ ਬਿਨਾਂ, ਅਦਵਲੀ ਸ਼ਬਦ ਵਰਤਾਂਗੇ, ਆਪ ਜੀ ਤੋਂ ਬਿਨਾਂ, ਅਵਰ ਨਾ ਕੋਏ। ਇਸ ਦੁਨੀਆਂ ਵਿੱਚ ਖੂਨ ਦੇ ਰਿਸ਼ਤੇ ਨੇ, ਇਸ ਦੁਨੀਆਂ ਵਿੱਚ ਸਮਾਜ ਦੇ ਰਿਸ਼ਤੇ ਨੇ, ਇਸ ਦੁਨੀਆਂ ਵਿੱਚ ਕਈ ਧਰਮ, ਕਈ ਆਚਾਰਿਆ, ਕਈ ਸੰਤ ਮੰਤ ਨੇ। ਸੱਚ ਇਹ ਵੇ ਮੇਰੇ ਸਤਿਗੁਰੂ, ਮੇਰਾ ਰਿਸ਼ਤਾ ਸਿਰਫ ਤੇਰੇ ਨਾਲ ਹੈ, ਤੇਰੇ ਤੋਂ ਬਿਨਾਂ ਮੇਰਾ ਹੋਰ ਸੰਸਾਰ ਵਿੱਚ ਕੋਈ ਵੀ ਨਹੀਂ। ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਏ। ਥੋੜ੍ਹਾ ਜਿਹਾ ਇਹਨੂੰ ਬੇਨਤੀ ਸੁਣਿਓ, ਸਤਿਗੁਰ ਲਫ਼ਜ਼ ਦਾ ਅਖਰੀ ਅਰਥ ਕੀ ਹੈ? ਕਿਉਂਕਿ ਸ਼ਬਦ ਭਾਰਤ ਵਿੱਚ ਬੜਾ ਪ੍ਰਚਲਿਤ ਹੈ ਜੀ। ਇੱਕ ਸ਼ਬਦ ਆਉਂਦਾ ਗੁਰਬਾਣੀ 'ਚ ਗੁਰੂ, ਇੱਕ ਸ਼ਬਦ ਆਉਂਦਾ ਗੁਰ, ਉਂਝ ਗੁਰੂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਗੁਰੂ ਜਿਹੜਾ ਸ਼ਬਦ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ। ਇਹ ਦੋ ਅੱਖਰਾਂ ਨਾਲ ਬਣਿਆ ਹੈ, ਇੱਕ ਗੁ ਅਤੇ ਦੂਜਾ ਰੂ। ਕਿਉਂਕਿ ਜਿਹੜਾ ਸ਼ਬਦ ਦਿੱਤਾ ਤੁਸੀਂ ਪਹਿਲਾਂ, ਇਹਦਾ ਨਰੁਕ ਅਤੇ ਇਹ ਸ਼ਬਦ ਬਣਿਆ ਕਿਵੇਂ ਹੈ? ਮੈਂ ਅਰਜ਼ ਕੀਤੀ ਗੁਰੂ ਸ਼ਬਦ ਹੈ, ਗੋ ਔਂਕੜ ਲੱਗਦੀ ਹੈ ਗੁਰਮੁਖੀ 'ਚ, ਅੱਗੇ ਰਾਹਰੇ ਥੱਲੇ ਵੀ ਦੁਲੰਕੜ ਹੈ, ਕਈ ਥਾਂ 'ਤੇ ਗੁਰ ਸ਼ਬਦ ਆਇਆ, ਗੁਰੂ ਆਇਆ। ਇੱਥੇ ਗੁਰ, ਗੋ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਚਾਨਣ। ਲਫਜ਼ੀ ਅਰਥ ਗੁਰੂ ਦਾ ਹੈ ਕਿ ਜੋ ਹਨੇਰੇ ਨੂੰ ਖਤਮ ਕਰ ਦੇਵੇ ਅਤੇ ਰੂਹਾਨੀ ਪ੍ਰਕਾਸ਼ ਕਰ ਦੇਵੇ। ਫਿਰ ਅਰਜ਼ ਜੀ, ਇਹਦੇ ਅਰਥ ਜਿਹੜੇ ਉਪਨਿਸ਼ਦ ਵਿੱਚ ਕੀਤੇ ਗਏ ਆ, ਗੋ ਦਾ ਅਰਥ ਹੈ ਹਨੇਰਾ, ਰੂਹ ਦਾ ਅਰਥ ਹੈ ਚਾਨਣ, ਅਤੇ ਇੱਕ ਰੂਹ ਦਾ ਅਰਥ ਸ਼ਬਦ ਕੀਤਾ ਹੈ ਸਮਝਾਉਣਾ। ਇਹਦਾ ਅਰਥ ਹੈ ਕਿ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦੇਣਾ ਅਤੇ ਤਤ ਗਿਆਨ ਸਮਝਾ ਦੇਣਾ, ਇਹਦੇ ਅਖਰੀ ਅਰਥ ਨੇ ਗੁਰੂ। ਹੁਣ ਅਗਲੀ ਬੇਨਤੀ, ਇਸ ਭਾਰਤ ਵਿੱਚ ਜਿਹੜੀ ਗੁਰੂ ਪਰੰਪਰਾ ਹੈ, ਇਹ ਸਨਾਤਨ ਮਤ ਤੋਂ ਚੱਲੀ ਆ ਰਹੀ ਹੈ ਜੀ। ਗੁਰੂ ਸ਼ਬਦ ਅਸੀਂ ਬੜੀ ਥਾਵਾਂ 'ਤੇ ਵਰਤਨੇ ਆ, ਇੱਥੋਂ ਤੱਕ ਸਾਡੇ ਲੋਕਾਂ ਨੇ ਸ਼ਬਦ ਇੰਨਾ ਪ੍ਰਚਲਿਤ ਹੈ ਸਾਡੇ ਭਾਰਤ ਵਿੱਚ, ਜਿਸ ਤੋਂ ਅਸੀਂ ਅੱਖਰ ਸਿੱਖੇ, ਅਸੀਂ ਕਹਿੰਦੇ ਹਾਂ ਇਹ ਮੇਰਾ ਵਿੱਦਿਆ ਗੁਰੂ ਹੈ, ਸ਼ਬਦ ਵਰਤੇ ਜਾਂਦੇ। ਜਿਸ ਬੰਦੇ ਤੋਂ ਕਿਸੇ ਨੇ ਮਕੈਨਿਕੀ ਦਾ ਕੰਮ ਸਿੱਖਿਆ, ਉਹ ਵੀ ਕਹਿੰਦਾ ਜੀ ਇਹ ਮੇਰਾ ਉਸਤਾਦ, ਇਹ ਮੇਰਾ ਗੁਰੂ ਹੈ, ਇਹਦੇ ਤੋਂ ਮੈਂ ਕੰਮ ਸਿੱਖਿਆ ਹੈ। ਇਹਦਾ ਮਤਲਬ ਜ਼ਿੰਦਗੀ ਵਿੱਚ ਜਿਸ ਬੰਦੇ ਤੋਂ ਹੁਨਰ ਸਿੱਖਿਆ ਹੋਵੇ, ਚੰਗਾ ਹੁਨਰ ਸਿੱਖਿਆ ਹੋਵੇ, ਉਹਦੇ ਲਈ ਸ਼ਬਦ ਵਰਤਨੇ ਜੀ ਇਹ ਮੇਰਾ ਗੁਰੂ ਹੈ। ਅਤੇ ਆ ਚੇਤੇ ਰੱਖਿਓ, ਲਫਜ਼ ਮਾੜੇ ਪਾਸੇ ਵੀ ਲੱਗ ਰਿਹਾ। ਜਿਹੜਾ ਬੰਦਾ ਵਿਸ਼ੇ ਵਿਕਾਰਾਂ 'ਚ, ਨਸ਼ਿਆਂ 'ਚ ਡੁੱਬ ਪੈਂਦਾ ਨਾ, ਅਤੇ ਕਈ ਵਾਰੀ ਲੋਕ ਕਹਿੰਦੇ ਨੇ ਆਹ ਜਿਹੜਾ ਬੰਦਾ ਤੁਰਿਆ ਫਿਰਦਾ ਇਹਦਾ ਗੁਰੂ ਫੁਲਾਣਾ ਹੀ, ਉਹਨੇ ਇਹਨੂੰ ਭੈੜੇ ਰਸਤੇ 'ਤੇ ਪਾਇਆ ਹੈ। ਉਹ ਸਿੱਧੇ ਲਫਜ਼ੀ ਅਰਥ
ਕਿ ਗੁਰੂ ਹਨੇਰੇ ਨੂੰ ਮਿਟਾਉਣ ਵਾਲੇ, ਅੰਦਰ ਤੱਤ ਗਿਆਨ ਨੂੰ ਸਮਝਾਉਣ ਵਾਲੇ। ਇੱਕ ਗੱਲ ਹੋਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ, ਕਿਉਂਕਿ ਅੱਜ ਗੁਰੂ ਸ਼ਬਦ ਬੜਾ ਪ੍ਰਚਲਿਤ ਹੈ, ਸਤਿਗੁਰੂ ਸ਼ਬਦ ਥੱਲੇ ਮੈਂ ਈਰਖਾ ਦੀਨ ਸੱਚੇ ਪਾਤਸ਼ਾਹ ਮੇਰ ਕਰੇ, ਮੈਂ ਕਦੀ ਕਥਾ 'ਚ ਕਿਸੇ ਦੇ ਖਿਰਦੇ ਨੂੰ ਵੈਰ ਨਾਲ ਸੱਟ ਮਾਰਨ ਦੀ ਯਤਨ ਨਹੀਂ ਕੀਤਾ, ਕਿਉਂਕਿ ਜੇ ਮੈਂ ਆਪ ਸੜਾਂਗਾ ਤਾਂ ਦੂਜਾ ਸੜੇਗਾ ਨਾ, ਮਾਚਿਸ ਆਪ ਸੜੇਗੀ ਤੀਲੀ ਤਾਂ ਜੂਜੇ ਨੂੰ ਸਾੜੀਏ। ਪਰ ਤੱਤ ਗਿਆਨ ਤਾਂ ਸਾਨੂੰ ਸਮਝਣਾ ਚਾਹੀਦਾ ਨਾ, ਗੁਰੂ ਸ਼ਬਦ, ਸਤਿਗੁਰੂ ਸ਼ਬਦ, ਸਤਿਗੁਰੂ ਸ਼ਬਦ ਸਾਡੇ ਚਾਰ ਚੁਫੇਰੇ ਸੁਣਨ ਨੂੰ ਮਿਲਦਾ, ਅਤੇ ਕਿੰਨੀ ਚਲਾਕੀ ਨਾਲ ਇਹ ਖੇਡ ਵਰਤਾਈ ਜਾ ਰਹੀ ਹੈ। ਸਤਿਗੁਰੂ ਸ਼ਬਦ ਵਰਤਦਿਆਂ ਇਹ ਕਿਹਾ ਜਾਂਦਾ ਜੀ, ਦੇਹ ਧਾਰੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਅਸੀਂ ਇਹੀ ਸੁਣਨੇ। ਦੂਜੀ ਗੱਲ ਕਿ ਜਿਹੜੇ ਸਤਿਗੁਰੂ ਸਾਹਿਬ ਦੀ ਬਾਣੀ ਹੈ ਉਹਦੇ ਬਾਰੇ ਕਿਹਾ ਜਾਂਦਾ ਜੀ, ਉਹ ਤਾਂ ਜਾ ਚੁੱਕੇ ਨੇ, ਜੀਵਤ ਗੁਰੂ ਚਾਹੀਦਾ ਹੈ। ਅਤੇ ਜੇ ਜੀਵਤ ਗੁਰੂ ਚਾਹੀਦਾ ਹੈ ਤਾਂ ਜੀਵਤ ਗੁਰੂ ਦੇ ਬੋਲ ਹੀ ਪੜ੍ਹੋ, ਜਿਨ੍ਹਾਂ ਨੂੰ ਕਹਿ ਰਹੇ ਹੋ ਤੁਸੀਂ ਜਾ ਚੁੱਕੇ ਨੇ, ਬਾਣੀ ਦੇ ਸ਼ਬਦ ਅਰਥ ਉਹਨਾਂ ਦੇ ਕਰਦੇ ਪਏ ਹੋ ਅਤੇ ਗੁਰੂ ਆਪਣਾ ਸਥਾਪਿਤ ਕਰੀ ਬੈਠੇ। ਫਿਰ ਅਰਜ਼ ਹੈ, ਮੈਂ ਕਿਸੇ ਈਰਖਾ ਦੀ ਨਹੀਂ, ਕਿਉਂਕਿ ਇੰਨੀ ਚਲਾਕੀ ਚੱਲਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕਹੋ, ਉਹ ਤਾਂ ਜਾ ਚੁੱਕੇ ਨੇ ਜੀ, ਅਨਮਤ ਵਾਲੇ। ਦੇਖੋ ਜੀ, ਅਸੀਂ ਤਾਂ ਗੁਰੂ ਉਹਨੂੰ ਮੰਨਿਆ ਜਿਹੜਾ ਜਿਉਂਦਾ ਹੈ, ਜਿਹੜਾ ਬੋਲਦਾ ਹੈ, ਜਿਹੜਾ ਸੁਣਦਾ ਹੈ। ਪਰ ਕਮਾਲ ਦੀ ਗੱਲ, ਵਿਆਖਿਆ ਜਪਜੀ ਸਾਹਿਬ ਦੀ ਕਰ ਰਿਹਾ, ਵਿਆਖਿਆ ਸੁਖਮਨੀ ਸਾਹਿਬ ਦੀ ਹੋ ਰਹੀ, ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਚੁਣੇ ਜਾ ਰਹੇ ਆ ਅਤੇ ਗੁਰੂ ਦੀ ਵਿਆਖਿਆ ਆਪਣੇ 'ਤੇ ਢੁਕਾਈ ਜਾ ਰਹੀ ਹੈ। ਸਿੱਧੀ ਗੱਲ ਚੇਤੇ ਰੱਖੋ, ਦਾਣਾ ਗੁਰੂ ਗ੍ਰੰਥ ਸਾਹਿਬ ਤੋਂ ਚੁਣਿਆ ਜਾ ਰਿਹਾ ਅਤੇ ਜਾਲ ਆਪਣਾ ਪਾਇਆ ਜਾ ਰਿਹਾ। ਦਾਣਾ ਗੁਰੂ ਗ੍ਰੰਥ ਸਾਹਿਬ 'ਚੋਂ ਹੈ ਅਤੇ ਜਾਲ ਆਪਣੇ 'ਚ ਹੈ। ਮੈਂ ਆਪ ਨੂੰ ਕੋਈ ਗੱਲ ਵੀ ਬਾਣੀ 'ਚੋਂ ਨਿਕਲ ਕੇ ਬਾਹਰ ਨਹੀਂ। ਸਤਿਗੁਰੂ, ਪਹਿਲੀ ਗੱਲ, ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਆ? ਉਂਝ ਸਤਿਗੁਰੂ ਕੀ ਬਾਣੀ 'ਚ ਨਾ ਜੀ, ਗੁਰੂ ਸ਼ਬਦ ਸਤਿਗੁਰਾਂ ਲਈ ਵੀ ਆਇਆ ਅਤੇ ਗੁਰੂ ਸ਼ਬਦ ਪਰਮਾਤਮਾ ਲਈ ਵੀ ਆਇਆ ਹੈ। ਸਤਿਗੁਰੂ ਸ਼ਬਦ ਪਰਮੇਸ਼ਵਰ ਲਈ ਆਇਆ ਅਤੇ ਸਤਿਗੁਰੂ ਸ਼ਬਦ ਸਮਰੱਥ ਗੁਰੂ ਲਈ ਆਇਆ। ਇਹ ਵਿਸ਼ਾ ਬਹੁਤ ਗਹਿਰਾ ਹੈ ਅਤੇ ਕਈ ਦਿਨਾਂ ਦਾ ਹੈ ਕਿ ਗੁਰੂ ਕੌਣ ਹੈ। ਉਂਝ ਕਿਸੇ ਦੀ ਤਾਕਤ ਨਹੀਂ ਕਿ ਗੁਰੂ ਕੀ ਗੱਤ ਨੂੰ ਜਾਣ ਸਕੇ। ਕੋਈ ਪ੍ਰਚਾਰਕ ਦੱਸ ਸਕੇਗਾ ਗੁਰੂ ਕੀ ਹੁੰਦਾ ਹੈ? ਨਹੀਂ ਪਿਆਰਿਓ, ਸਮਰੱਥ ਗੁਰੂ ਦੀ ਗਤੀ ਨੂੰ ਕੌਣ ਜਾਣਦਾ ਹੈ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਇੱਕ ਵਾਰੀ ਪ੍ਰਸ਼ਨ ਕੀਤਾ ਗਿਆ, ਮਹਾਰਾਜ ਜੀ ਕਿ ਬਹੁਤ ਗੁਰੂ ਬਣੇ ਹੋਏ ਆ, ਅਸੀਂ ਅੱਜ ਵੀ ਦੇਖਦੇ ਹਾਂ ਕਿ ਗੁਰੂ ਕਿੰਨੀ ਤਰ੍ਹਾਂ ਦੇ ਹੁੰਦੇ ਆ, ਸਾਡੇ ਇਤਿਹਾਸ ਦੇ ਬੋਲ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ ਗੁਰੂ ਚਾਰ ਤਰ੍ਹਾਂ ਦੇ ਹੁੰਦੇ ਆ, ਗੁਰੂਆਂ ਦੀਆਂ ਚਾਰ ਸ਼੍ਰੇਣੀਆਂ ਨੇ। ਮਹਾਰਾਜ ਇਹ ਕਿਹੜੀਆਂ? ਅਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ, ਪਹਿਲਾ ਸ਼ਬਦ ਵਰਤਿਆ ਭ੍ਰਿੰਗੀ ਗੁਰੂ, ਦੂਸਰਾ ਸ਼ਬਦ ਵਰਤਿਆ ਬਾਵਨ ਚੰਦਨ ਗੁਰੂ, ਤੀਸਰਾ ਵਰਤਿਆ ਜੀ ਪਾਰਸ ਗੁਰੂ, ਅਤੇ ਚੌਥਾ ਸ਼ਬਦ ਹਜ਼ੂਰ ਨੇ ਵਰਤਿਆ ਦੀਪਕ ਗੁਰੂ। ਉਂਝ ਵੈਸੇ ਸ਼ਾਸਤਰਾਂ ਵਿੱਚ ਚੌਥਾ ਜਿਹੜਾ ਬ੍ਰਹਸਪਤੀ ਗੁਰੂ ਲਿਖਿਆ ਹੈ, ਜੋ ਸਾਡੇ ਗੁਰਮਤਿ ਵਿੱਚ ਇਹਨੂੰ ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ ਅਤੇ ਬਿਲਕੁਲ ਸਮਝ ਪੈ ਜਾਏਗੀ ਮੇਰੇ ਮਨ ਨੂੰ ਕਿ ਸਾਡੇ ਸਤਿਗੁਰੂ ਕੀ ਨੇ। ਪਹਿਲਾ ਸ਼ਬਦ ਹੈ ਭ੍ਰਿੰਗੀ ਗੁਰੂ। ਇਹ ਤਿੰਨ ਚਾਰ ਉਦਾਹਰਨਾਂ ਲਈਆਂ ਦ੍ਰਿਸ਼ਟਮਾਨ। ਭ੍ਰਿੰਗੀ ਇੱਕ ਕੀੜਾ ਹੁੰਦਾ ਜੀ, ਇਹ ਕੀ ਕਰਦਾ? ਇਹ ਇੱਕ ਸਾਡੇ ਜਿਹੜੇ ਸਾਡੇ ਸੀ ਬਾਹਰ 'ਚੋਂ ਇੱਕ ਸ਼ਬਦ ਵਰਤਦੇ ਹਾਂ ਖੱਖਰ, ਤੁਸੀਂ ਸ਼ਾਇਦ ਵਰਤਦੇ ਹੋ ਕਿ ਨਹੀਂ, ਖੱਖਰ, ਭੂੰਡਾਂ ਦੀ ਖੱਖਰ ਕਹਿੰਦੇ ਹਾਂ ਨਾ। ਇੱਕ ਘਰੇਣ ਸ਼ਬਦ ਵਰਤਦੇ ਹੁੰਦੇ ਨੇ ਜਿਹੜਾ ਮਿੱਟੀ ਦਾ ਬਣਾਉਂਦਾ ਘਰ। ਜਿਹੜਾ ਭ੍ਰਿੰਗੀ ਕੀੜਾ ਹੈ ਇਹ ਕੀ ਕਰਦਾ ਜੀ, ਮਿੱਟੀ ਦਾ ਘਰ ਬਣਾਉਂਦਾ। ਤੁਹਾਨੂੰ ਪਤਾ ਹੋਣਾ ਛੱਤਾਂ 'ਤੇ, ਕਈ ਵਾਰੀ ਨੁੱਕਰ 'ਤੇ,
ਉਹ ਫਿਰ ਕੀ ਕਰਦਾ ਜੀ, ਖਾਸ ਕਿਸਮ ਦੇ ਕੀੜੇ ਹੁੰਦੇ ਨੇ ਉਹਦੀ ਜਾਤੀ ਨਾਲ ਸੰਬੰਧਿਤ ਹੁੰਦੇ ਨੇ, ਜਿਉਂ ਜਿਉਂ ਉਹਦੀ ਜਾਤੀ ਉਹਦੇ ਨਾਲ ਸੰਬੰਧਿਤ ਨੇ, ਉਹ ਕੀੜੇ ਨੂੰ ਪਕੜ ਕੇ ਲਿਆਉਂਦਾ, ਉਸ ਖੱਖਰ ਵਿੱਚ ਉਹਨੂੰ ਬੰਦ ਕਰ ਦਿੰਦਾ। ਫਿਰ ਕੀ ਕਰਦਾ ਕਿ ਉੱਤੋਂ ਬੰਦ ਕਰਕੇ ਥੋੜ੍ਹਾ ਜਿਹਾ ਸੁਰਾਖ ਰਹਿਣ ਦਿੰਦਾ, ਅਤੇ ਉਹਦੇ ਮੂੰਹ ਦੇ ਕੋਲ ਉਹ ਆਪਣੀ ਜਿਹੜੀ ਸਾਊਂਡ ਹੈ, ਭੀਂ ਭੀਂ ਦੀ ਆਵਾਜ਼ ਹੁੰਦੀ ਉਹਦੀ, ਉਹ ਰੋਜ਼ ਆਵਾਜ਼ ਦਿੰਦਾ। ਹੁਣ ਉਹ ਜਿਹੜਾ ਕੀੜਾ ਖੱਖਰ ਵਿੱਚ ਪਿਆ, ਉਹ ਵਿਚਾਰਾ ਫਸ ਗਿਆ, ਉਹਦੇ ਮੂੰਹ ਕੋਲ ਰੋਜ਼ ਆ ਕੇ ਬੋਲਦਾ, ਭੀਂ ਭੀਂ ਦੀ ਆਵਾਜ਼ ਦਿੰਦਾ ਉਹ ਕੀੜਾ। ਇੰਨਾ ਇਕਾਗਰ ਹੋ ਕੇ ਉਹਦੀ ਸਾਊਂਡ ਸੁਣਦਾ, ਉਹਦੇ ਬਾਹਰ ਨਿਕਲਣ ਦਾ ਰਸਤਾ ਕੋਈ ਨਹੀਂ, ਉਹ ਆਵਾਜ਼ ਸੁਣਦਾ। ਅਤੇ ਉਹ ਕੀੜਾ ਜਿਹੜਾ ਪਕੜ ਕੇ ਲਿਆ ਭਰਿੰਗੀ, ਉਹ ਫਿਰ ਇੱਕ ਦਿਨ ਕੀ ਕਰਦਾ, ਉੱਤੋਂ ਉਹ ਮੂੰਹ ਵੀ ਬੰਦ ਕਰ ਦਿੱਤਾ, ਜਿਸ ਰਾਹੀਂ ਕੀੜਾ ਅੰਦਰ ਗਿਆ। ਆਖ ਵੇਖੋ ਕੈਸੀ ਕੁਦਰਤ ਦੀ ਖੇਡ ਹੈ ਜੀ, ਇਹ ਨੇਚਰ 'ਚ ਵਰਤ ਰਿਹਾ। ਉਹ ਕੀੜਾ ਜਿਹਨੇ ਆਵਾਜ਼ ਸੁਣੀ ਉਹ ਭਰਿੰਗੀ ਕੀੜੇ ਦੀ, ਉਹ ਇੰਨਾ ਕੁ ਇਕਾਗਰ ਹੋ ਜਾਂਦਾ, ਧਿਆਨ ਲਾ ਕੇ ਸੱਚੀ ਮੁੱਚੀ ਉਹ ਧਿਆਨ ਵਿੱਚ ਹੀ ਮਗਨ ਹੋ ਕੇ ਅਧਮੋਇਆ ਜਿਹਾ ਹੋ ਜਾਂਦਾ। ਭਰਿੰਗੀ ਕੀੜਾ ਕੀ ਕਰਦਾ ਜੀ, ਕੁਝ ਦਿਨਾਂ ਬਾਅਦ ਆਉਂਦਾ, ਉਸ ਘਰੇਨ ਦਾ ਖੱਖਰ ਦਾ ਉੱਪਰ ਵਾਲਾ ਪਾਸਾ ਤੋੜਦਾ। ਉਹ ਕੀੜਾ ਵਿਚਾਰਾ ਬੇਹੋਸ਼ ਜਿਹਾ ਪਿਆ, ਇੱਕੋ ਦਮ ਨੂੰ ਡੰਗ ਮਾਰਦਾ। ਜਦੋਂ ਉਹਨੂੰ ਡੰਗ ਮਾਰਦਾ, ਜਿਹੜੀ ਆਵਾਜ਼ ਕਈ ਦਿਨ ਉਹਨੂੰ ਸੁਣਾਉਂਦਾ ਰਿਹਾ ਭੀਂ ਭੀਂ ਦੀ, ਜਦੋਂ ਕੀੜਾ ਹੋਸ਼ ਵਿੱਚ ਆਉਂਦਾ, ਹੋਸ਼ ਵਿੱਚ ਆਉਂਦਿਆਂ ਸਾਰ ਉਹੋ ਜਿਹੀ ਆਵਾਜ਼ ਦੇਣ ਲੱਗ ਪੈਂਦਾ ਜਿਹੋ ਜਿਹੀ ਭਰਿੰਗੀ ਨੇ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਇਹ ਕਹਿੰਦਾ ਭਰਿੰਗੀ ਗੁਰੂ। ਇਹਦਾ ਮਤਲਬ ਭਾਵ ਇਹ ਲੈਣਾ ਕਿ ਭਰਿੰਗੀ ਕੀੜਾ ਹਰ ਕੀੜੇ ਨੂੰ ਆਪਣੀ ਆਵਾਜ਼ ਨਹੀਂ ਦੇ ਸਕਦਾ, ਹਰ ਕੀੜੇ ਨੂੰ ਪਕੜ ਕੇ ਆਪਣੀ ਘਰੇ ਭੂੰਡ ਨੂੰ ਪਕੜ ਕੇ ਦਿਖਾਏ, ਨਹੀਂ ਪਕੜ ਸਕਦਾ ਨਾ। ਕੀੜੇ ਤਾਂ ਬਹੁਤ ਨੇ, ਪਰ ਭਰਿੰਗੀ ਕੀੜਾ ਖਾਸ ਜਾਤੀ ਦੇ, ਖਾਸ ਕਿਸਮ ਦੇ ਕੀੜਿਆਂ ਨੂੰ ਜਿਹੜੇ ਇਸਦੀ ਜਾਤ ਦੇ ਨੇ, ਉਹਨਾਂ ਨੂੰ ਆਪਣੀ ਆਵਾਜ਼ ਦੇ ਸਕਦਾ, ਦੂਜੇ ਨੂੰ ਨਹੀਂ। ਮਹਾਰਾਜ ਕਹਿਣ ਲੱਗੇ ਕਿ ਭਰਿੰਗੀ